ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਟੀਚਾ ਲਾਲਾ ਪੈਂਦੀ ਦੁਨੀਆ ਸਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਟੀਚਾ ਲਾਲਾ ਬਹਿੰਦੀ ਦੁਨੀਆ ਸਾਰੀ। ਕੱਲ ਪਰਸੋਂ ਦੀ ਮੈਂ ਵੀਡੀਓ ਦੇਖ ਰਿਹਾ ਇੱਕ ਕਨੇਡਾ ਦੀ। ਉਹ ਵੀਡੀਓ ਕੀ ਆ ਕਿ ਬਾਬੇ ਨਾਨਕ ਦਾ ਲੰਗਰ ਚੱਲਦਾ ਤਾਂ ਬਹੁਤ ਦੇਖਿਆ, 20 ਰੁਪਏ ਦਾ ਲੰਗਰ ਬਾਬੇ ਨਾਨਕ ਨੇ ਸ਼ੁਰੂ ਕੀਤਾ ਸੀ। ਅੱਜ ਤੱਕ ਲੰਗਰ ਜਿਹੜਾ ਨਾ ਉਹ ਉਵੇਂ ਹੀ ਚੱਲੀ ਜਾਂਦਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ। ਪਰ ਮੈਂ ਕਨੇਡਾ ਦੀ ਵੀਡੀਓ ਦੇਖ ਰਿਹਾ, ਬੜੀ ਵੱਡੀ ਲਾਈਨ ਲੱਗੀ ਹੋਈ, 1 ਕਿਲੋਮੀਟਰ 1.5 ਕਿਲੋਮੀਟਰ ਦੀ ਲਾਈਨ ਨਹੀਂ ਮੁੱਕਦੀ। ਕਨੇਡਾ ਦੀ ਵੀਡੀਓ ਸੀ ਉਹ। ਉੱਥੇ ਮਤਲਬ ਲੰਗਰ ਤਾਂ ਵਰਤ ਰਹੇ ਹੁੰਦੇ, ਉੱਥੇ ਰਾਸ਼ਨ ਵਰਤ ਰਿਹਾ, ਫ੍ਰੀ ਦੇ ਵਿੱਚ ਰਾਸ਼ਨ। ਰਾਸ਼ਨ ਦੇ ਵਿੱਚ ਆਪਣੇ ਸਟੂਡੈਂਟ ਵੀ ਖੜੇ ਆ, ਆਪਣੇ ਉੱਥੋਂ ਦੇ ਗੋਰੇ ਗੋਰੀਆਂ ਵੀ ਖੜੇ ਆ, ਹੋਰ ਲੋਕ ਵੀ ਬਹੁਤ ਖੜੇ ਆ ਰਾਸ਼ਨ ਲਿਜਾਣ ਲਈ। ਤੇ ਉਹ ਕਿੱਡੀ ਕਿਰਪਾ ਬਾਬੇ ਨਾਨਕ ਦੀ ਵੀ ਬਾਹਰ, ਯਾਨੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਰਾਸ਼ਨ ਬਾਬੇ ਨਾਨਕ ਦੀ ਕਿਰਪਾ ਦੇ ਨਾਲ। 2 ਕੰਟੇਨਰ ਤਾਂ ਕਹਿੰਦੇ ਲੱਗ ਗਏ ਸੀਗੇ, ਤੀਜਾ ਲਿਆ ਕੇ ਲਿਆਂਦਾ ਉਹਨਾਂ ਨੇ, ਫਿਰ 2 ਤਾਂ ਲੱਗ ਗਏ ਸੀਗੇ। ਤੇ ਬਾਕੀ ਹਲੇ ਰਸ ਇੰਨਾ ਲੈਣ ਲੱਗੀ ਹੋਈ, ਹਰੇਕ ਬੰਦੇ ਨੂੰ ਇਹ ਆਸ ਆ ਵੀ ਲੈਣ ਜਿੱਡੀ ਮਰਜ਼ੀ ਹੋ ਜੇ ਪਰ ਇੱਥੋਂ ਲੰਗਰ ਨਹੀਂ ਮੁੱਕਦਾ, ਰਾਸ਼ਨ ਨਹੀਂ ਮੁੱਕਦਾ, ਰਾਸ਼ਨ ਅਸੀਂ ਲੈ ਕੇ ਹੀ ਜਾਵਾਂ। ਇੱਕ ਆਸ ਦੇ ਨਾਲ, ਇੱਕ ਵਿਸ਼ਵਾਸ ਦੇ ਨਾਲ ਉਹ ਲੈਣ 'ਚ ਲੱਗੇ ਹੋਏ। ਨਹੀਂ ਤਾਂ ਆਪਾਂ ਦੇਖਦੇ ਹੁੰਦੇ ਹਾਂ ਵੀ ਜੇ ਮੁੱਕ ਗਿਆ ਤਾਂ ਲੰਗਰ, ਫਿਰ ਆਸ ਨਹੀਂ ਹੁੰਦੀ। ਪਰ 1.5-2 ਕਿਲੋਮੀਟਰ ਦੀ ਲਾਈਨ ਹੋਊਗੀ, ਹਰੇਕ ਬੰਦਾ ਝੋਲੇ ਚੱਕੇ ਹੋਏ ਮੋਢਿਆਂ ਦੇ ਵਿੱਚ, ਚਾਹੇ ਉਹ ਗੋਰੇ ਸੀ, ਚਾਹੇ ਗੋਰੀਆਂ ਸੀ, ਚਾਹੇ ਉਹ ਹੋਰ ਕੰਟਰੀਆਂ ਦੇ ਲੋਕ ਸੀ, ਚਾਹੇ ਉਹ ਵਿਦਿਆਰਥੀ ਸੀ, ਚਾਹੇ ਆਪਣੇ ਕੰਟਰੀਆਂ ਦੇ ਲੋਕ ਸੀ, ਪਰ ਲਾਈਨ ਦੇ ਵਿੱਚ ਸਾਰੇ ਲੋਕ ਖੜੇ ਸੀਗੇ। ਬੜਾ ਮਤਲਬ ਪੂਰੇ ਖੁਸ਼ ਸੀਗੇ ਵੀ ਰਾਸ਼ਨ ਲੈ ਕੇ ਘਰਾਂ ਨੂੰ ਜਾਵਾਂਗੇ। ਇਹ ਬਾਬੇ ਨਾਨਕ ਦੀ ਕਿਰਪਾ ਵਾ, ਬਾਬੇ ਨਾਨਕ ਦਾ ਲੰਗਰ ਆ। ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਨੂੰ, ਜਿਹੜੇ ਇਹ ਸੇਵਾਦਾਰ ਆ, ਜਿਹੜੇ ਸੇਵਾ ਕਰ ਰਹੇ ਆ, ਜਿਹੜੇ ਵੀ ਮੂਹਰੇ ਹੋ ਕੇ ਐਨ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਦਿਲ ਦੇ ਨਾਲ ਇਹ ਲੋਕਾਂ ਦੀ ਸੇਵਾ ਕਰ ਰਹੇ ਆ, ਬਾਬੇ ਨਾਨਕ ਦੇ ਲੰਗਰ ਨੂੰ ਅੱਗੇ ਚਲਾ ਰਹੇ ਨੇ, ਇਹਨਾਂ ਨੂੰ ਪਰਮਾਤਮਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ। ਜਿੱਥੋਂ ਵੀ ਇਹ ਫੰਡ ਆਉਂਦਾ ਵਾ, ਕਿਤੇ ਫੰਡ ਛੋਟਾ ਮੋਟਾ ਫੰਡ ਤਾਂ ਹੈ ਨਹੀਂ ਗਾ ਇਹ, ਕਿੱਡਾ ਫੰਡ ਉਹ ਡਾਲਰਾਂ ਦੇ ਵਿੱਚ ਫੰਡ। ਹੁਣ ਤੁਹਾਨੂੰ ਪਤਾ ਮਹਿੰਗਾਈ ਉੱਥੇ ਵੀ ਬੜੀ ਹੋਈ ਆ, ਸੁਣਦੇ ਹੀ ਆ। ਹੁਣ ਤੈਨੂੰ ਪਤਾ ਘਰ ਘਰ ਦਾ ਬੰਦਾ ਬਾਹਰ ਗਿਆ ਹੋਇਆ, ਸੁਣਦੇ ਆ, ਪਰ ਮਹਿੰਗਾਈ ਹੋਈ ਆ, ਦੁਨੀਆ ਪਹੁੰਚ ਬਹੁਤ ਗਈ, ਪੰਜਾਬ ਖਾਲੀ ਹੋ ਗਿਆ, ਕਨੇਡਾ ਭਰ ਗਿਆ। ਤੇ ਫਿਰ ਉੱਥੇ ਹੁਣ ਕੰਮ ਵੀ ਕਿੱਥੇ ਮਿਲੇ, ਬੇਰੁਜ਼ਗਾਰੀ ਵੀ ਵੱਧ ਗਈ, ਤੇ ਉਹਨਾਂ ਨੇ ਰੈਂਟ ਵੀ ਘਰਾਂ ਦੇ ਵਧਾ ਤੇ, ਘਰਾਂ ਦਾ ਜਿਹੜਾ ਆਪਾਂ ਮੁੱਲ ਲੈਂਦੇ ਹਾਂ ਉਹ ਵੀ ਵਧਾ ਤੇ, ਰਾਸ਼ਨ ਤੇ ਸਭ ਕੁਛ ਹੀ ਵੱਧ ਗਿਆ। ਤੇ ਜੇ ਬਾਕੀ ਉਹ ਜੇ ਮਤਲਬ ਵੀਡੀਓ ਕਿ ਐ ਨਹੀਂ ਮੈਨੂੰ ਪਤਾ ਵੀ ਕਿਹੜੇ ਏਰੀਏ ਦੀ ਆ, ਜਿਹਨੂੰ ਪਤਾ ਵੀ ਕਿਹੜੇ ਏਰੀਏ ਦੀ ਵੀਡੀਓ ਆ, ਕਿੱਥੇ ਉਹ ਲੈਣ ਲੱਗੀ ਹੋਈ ਸੀ, ਤੇ ਦੱਸਣਾ ਜ਼ਰੂਰ। ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਦੇਖੋ ਜੀ, ਲੰਗਰ ਦੀ ਮਹੱਤਤਾ ਜਿਹੜੀ ਕਿੱਥੇ ਕਿੱਥੇ ਤੱਕਰ ਵਰਲਡ ਦੇ ਵਿੱਚ ਆ, ਚਾਹੇ ਕਿਤੇ ਵੀ ਜੋ ਖਾਲਸਾ ਏਡ ਵਾਲੇ ਪਹੁੰਚ ਜਾਂਦੇ ਆ, ਕਿਤੇ ਵੀ ਕੋਈ ਲੜਾਈ ਲੱਗੀ ਹੋਈ ਆ, ਕੁਛ ਹੋਵੇ, ਕਿਤੇ ਤਕਲੀਫ ਆ, ਲੰਗਰ ਲੈ ਕੇ ਆਪਣੇ ਬੰਦੇ ਪਹੁੰਚ ਹੀ ਜਾਂਦੇ ਆ। ਪੰਜਾਬ ਦੇ ਵਿੱਚ ਵੀ ਬੜੇ ਪਿਛਲੇ ਸਾਲ ਹੜ੍ਹ ਆਏ ਸੀ, ਉਦੋਂ ਵੀ ਬਹੁਤ ਲੰਗਰ ਦੀ ਸੇਵਾ ਹੋਈ ਆ। ਤੇ ਇਹ ਬਾਬੇ ਨਾਨਕ ਦਾ ਲੰਗਰ ਆ, ਇਹ ਨਹੀਂ ਮੁੱਕਣਾ, ਇਹ ਤਾਂ ਪਰਮਾਤਮਾ ਦੀ ਦਇਆ ਨਾਲ ਜਿੰਨਾ ਚਿਰ ਦੁਨੀਆ ਰਹਿੰਦੀ ਹੈ ਇਹ ਚੱਲੀ ਜਾਣਾ, ਇਹ ਕਿਰਪਾ ਉਸ ਬਾਬੇ ਨਾਨਕ ਦੀ। ਪਰ ਹੁਣ ਦੇਖ ਲਓ, ਆਪਾਂ ਆਸ ਤਾਂ ਲਾ ਕੇ ਜਾਂਦਾ ਵੀ ਕਨੇਡਾ ਨੂੰ ਚੱਲੇ ਹਾਂ, ਪਰ ਹਾਲਤ ਦੇਖ ਲਓ, ਉੱਥੇ ਵੀ ਮਾੜੀ ਹੋਈ ਹੈ ਮਿੱਤਰੋ। ਤੇ ਜਿਹਦਾ ਮਾੜਾ ਮੋਟਾ ਤੇ ਸਰਦਾ 5-7 ਕਿੱਲੇ ਹੈਗੇ ਆ ਨਾ, ਤੇ ਆਰਾਮ ਨਾਲ ਇੱਥੇ ਲੰਗਰ ਪਾਣੀ ਛਕੀ ਚੱਲੋ, ਇੱਥੇ ਵਰਗੀ ਐਸ਼ ਨਹੀਂ। ਦੇਖੋ ਜੀ, ਘਰ ਫ੍ਰੀ ਆਪਾਂ ਨੂੰ, ਰਾਸ਼ਨ ਫ੍ਰੀ ਆਪਾਂ ਨੂੰ, ਆ ਹੁਣ ਤਾਂ 70% ਬਿੱਲ ਨਹੀਂ ਆਉਂਦਾ, ਬਿਜਲੀ ਵੀ ਫ੍ਰੀ ਵਾ, ਘਰ ਦਾ ਸਾਗ ਸਬਜ਼ੀਆਂ ਵੀ ਆਪਾਂ ਬੀਜ ਲੈਂਦੇ, ਸਭ ਕੁਛ ਹੀ ਫ੍ਰੀ ਆ। ਹੁਣ ਉੱਥੇ ਜਾ ਕੇ ਘਰ ਲੈਂਦੇ, ਉਹਦੇ ਰੈਂਟ ਦੇਣੇ ਪੈਂਦੇ ਆ, ਗੱਡੀਆਂ ਲੈ ਲੈਂਦੇ ਹੋ,
ਸਭ ਕੁਛ ਛੱਡ ਕੇ ਤੁਸੀਂ ਉੱਥੇ ਦੁਬਾਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਹੋ, ਬਾਕੀ ਤੁਹਾਡੀ ਖੁਸ਼ੀ ਆ। ਮੈਂ ਤਾਂ ਤੁਹਾਨੂੰ ਸਮਝਾ ਇੰਨਾ ਕੀ ਗੱਲ ਕਰ ਸਕਦਾ, ਜੇ ਗੱਲਾਂ ਚੰਗੀਆਂ ਲੱਗੀਆਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਜਿਉਂਦੇ ਵਾਸਤੇ ਰਹੋ, ਸਤਿ ਸ੍ਰੀ ਅਕਾਲ ਜੀ, ਧੰਨਵਾਦ।